ਸਵਾਗਤ। ਦੀਸਾ ਪਰਦੇਸਾਂ ਚ ਪੈਠੇ ਆਪਣੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਮੈਂ ਹਾਂ ਜੀ ਸਾਖਸ਼ੀ ਮੋਹਨ ਤੇ ਮੇਰੇ ਨਾਲ ਨੇ ਜੀ ਮੈਂ ਹਾਂ ਜੀ ਤੁਹਾਡਾ ਮੇਜ਼ਬਾਨ ਦੀਪ ਕਪੂਰ ਵਾਦਾ ਨਿਭਾਉਂਗਾ ਜ਼ਰੂਰ। ਔਰ ਜ਼ਿੰਦਗੀ ਨੂੰ ਜ਼ਿੰਦਗੀ ਨਾਲ ਜੁੜਿਆ ਇੱਕ ਸਹੀ ਵਿਸ਼ਾ ਲੈ ਕੇ ਕਾਮਯਾਬੀ ਵੱਲ ਜਾਂਦੀ ਇੱਕ ਸੋਚ ਜੀ ਦਿਸ਼ਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਗੱਲਾਂ ਤੇ ਗੀਤੋ ਪ੍ਰੋਗਰਾਮ ਜਿਸ ਵਿੱਚ ਗੀਤਾਂ ਦੇ ਸੁਮੇਲ ਦੇ ਨਾਲ ਨਾਲ ਇੱਕ ਵਿਸ਼ਾ ਅਸੀਂ ਲੈ ਕੇ ਆਉਂਦੇ ਹਾਂ ਜੋ ਸਿੱਧੇ ਤੌਰ ਤੇ ਸਾਡੀ ਜ਼ਿੰਦਗੀ ਦੇ ਨਾਲ ਵਾਸਤਾ ਹੁੰਦਾ ਔਰ ਉਸ ਵਿਸ਼ੇ ਤੇ ਚਰਚਾ ਕਰਦੇ ਨੇ ਮਾਹਿਰ ਮਹਿਮਾਨ ਔਰ ਇੱਕ ਸਹੀ ਦਿਸ਼ਾ ਮਾਰਗਦਰਸ਼ਨ ਸਾਨੂੰ ਜ਼ਰੂਰ ਦੇ ਕੇ ਜਾਂਦੇ ਨੇ ਅੱਜ ਦਾ ਜੋ ਸਾਡਾ ਵਿਸ਼ਾ ਉਹ ਵੀ ਤੁਹਾਨੂੰ ਦੱਸਾਂਗੇ ਪਰ ਪਹਿਲਾਂ ਕੁਝ ਉਸ ਵਿਸ਼ੇ ਦੇ ਬਾਬਤ ਕੁਝ ਗੱਲਬਾਤ ਕਰ ਲਈਏ ਕਿਉਂਕਿ ਸਾਖੀ ਜੀ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਨਾ ਅਸੀਂ ਜਦੋਂ ਵੀ ਅੱਗੇ ਵਧਣਾ ਹੈ ਨਾ ਤਾਂ ਉਹਦਾ ਸਭ ਤੋਂ ਵੱਡਾ ਜਿਹੜਾ ਫੰਡਾ ਹੈ ਨਾ ਜੋ ਉਹਦਾ ਇੱਕ ਰਾਜ਼ ਹੈ ਉਹ ਇਹ ਹੈ ਕਿ ਜਦੋਂ ਅਸੀਂ ਆਪਣੇ ਅੰਦਰ ਛੁਪੇ ਕਲਾਕਾਰ ਨੂੰ ਹੁਨਰ ਨੂੰ ਤਰਾਸ਼ਦੇ ਹਾਂ ਉਸ ਦੀ ਪਹਿਚਾਨ ਕਰਦੇ ਹਾਂ ਤੇ ਨਾਲ ਨਾਲ ਟੈਕਨੋਲੋਜੀ ਨੂੰ ਜਦੋਂ ਅਸੀਂ ਉਹ ਸ਼ਾਮਿਲ ਕਰਦੇ ਹਾਂ ਉਹਦਾ ਸਹਿਯੋਗ ਲੈਣੇ ਆ ਤਾਂ ਫਿਰ ਅਸੀਂ ਆਪਣੇ ਸੁਪਨਿਆਂ ਨੂੰ ਸਾਕਾਰ ਜ਼ਰੂਰ ਕਰਦੇ ਹਾਂ ਜੀ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਸਭ ਤੋਂ ਪਹਿਲੇ ਜ਼ਰੂਰੀ ਹੁੰਦਾ ਇੱਕ ਸੁਪਨਾ ਦੇਖਣਾ ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਹਰ ਇੱਕ ਦੇ ਅੰਦਰ ਕੋਈ ਨਾ ਕੋਈ ਹੁਨਰ ਹੁੰਦਾ ਹੈ ਵਸੇ ਦੇਵ ਜੀ ਮੈਂ ਤੁਹਾਡੀ ਗੱਲ ਕਰਾਂ ਤਾਂ ਤੁਹਾਡੇ ਅੰਦਰ ਮੈਨੂੰ ਪਤਾ ਹੈ ਕਿਹੜਾ ਹੁਨਰ ਹੈ ਕਿਹੜਾ ਹੁਨਰ ਹੈ ਅਕਸਰ ਮੈਂ ਤੁਹਾਨੂੰ ਦੇਖਦੀ ਆਂ ਸੋਸ਼ਲ ਮੀਡੀਆ ਤੇ ਤੁਸੀਂ ਕੋਈ ਨਾ ਕੋਈ ਇਨਸਟਰੂਮੈਂਟ ਲੈ ਕੇ ਬੈਠੇ ਹੁੰਦੇ ਹੋ ਅੱਛਾ ਜੀ ਮੇਰਾ ਹੁਨਰ ਤਾਂ ਜੀ ਇਹੀ ਹੈ ਕਿ ਮੈਂ ਜੋ ਵੀ ਕਰਾਂ ਉਸ ਦੇ ਨਾਲ ਮੇਰੇ ਜੋ ਨਾਲ ਜਾਂ ਮੇਰੀ ਜੋ ਸੰਗਤ ਹੈ ਉਹਨਾਂ ਦੇ ਚਿਹਰਿਆਂ ਤੇ ਮੁਸਕਾਨ ਆਵੇ ਸੋ ਮੈਂ ਇਸ ਤਰ੍ਹਾਂ ਕੁਝ ਨਾ ਕੁਝ ਕਰਦਾ ਰਹਿਣਾ ਵੈਸੇ ਸਾਡੇ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਹੁਨਰ ਹੁੰਦਾ ਹੈ ਉਸ ਨੂੰ ਪਛਾਣ ਕਰਕੇ ਉਸ ਨੂੰ ਤਕਨੀਕ ਨਾਲ ਜੋੜ ਕੇ ਜਦੋਂ ਅਸੀਂ ਅੱਗੇ ਵਧਦੇ ਆਂ ਤਾਂ ਸਾਡਾ ਹੁਨਰ ਵੀ ਪਾਲਿਸ਼ ਹੁੰਦਾ ਹੈ ਔਰ ਅਸੀਂ ਕਾਮਯਾਬੀ ਹੁੰਨੇ ਆਂ ਤਾਂ ਤੁਸੀਂ ਸਾਡਾ ਅੱਜ ਦਾ ਗੱਲਾਂ ਤੇ ਗੀਦਾ ਵਿਸ਼ਾ ਸਭ ਤੋਂ ਪਹਿਲਾਂ ਨੋਟ ਕਰੋ ਪਿਆਰੇ ਦਰਸ਼ਕੋ ਵਿਸ਼ਾ ਹੈ ਤਕਨੀਕੀ ਸੰਸਥਾਵਾਂ ਦੀ ਹੁਨਰ ਦੇ ਵਿਕਾਸ ਲਈ ਭੂਮਿਕਾ ਤੇ ਨੰਬਰ ਨੇ 0181 281 4261 281 4264 ਇਹ ਨੰਬਰ ਮਿਲਾਓ ਤੇ ਸਾਡੇ ਨਾਲ ਜੁੜ ਜਾਓ ਪਰ ਗੁਜ਼ਾਰਿਸ਼ ਹੈ ਕਿ ਜਦੋਂ ਵੀ ਫੋਨ ਕਾਲ ਕਰਨੀ ਹੈ ਤਾਂ ਟੀਵੀ ਸੈੱਟ ਦੀ ਆਵਾਜ਼ ਥੋੜੀ ਘੱਟ ਕਰਨੀ ਹੈ ਤਾਂ ਕਿ ਤੁਹਾਡੀ ਆਵਾਜ਼ ਜਿਹੜੀ ਹੈ ਬਿਨਾਂ ਰੁਕਾਵਟ ਤੇ ਸਾਡੇ ਤੱਕ ਪਹੁੰਚੇ ਜੀ ਤੇ ਤੁਸੀਂ ਵੀ ਸਾਡੇ ਤੱਕ ਪਹੁੰਚੋਗੇ ਤੇ ਜਿਹੜੇ ਅੱਜ ਦੇ ਸਾਡੇ ਮੁੱਖ ਮਹਿਮਾਨ ਨੇ ਉਹ ਵੀ ਸਟੂਡੀਓ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਡਾਕਟਰ ਐਨ ਪੀ ਸਿੰਘ ਦਾ ਜੋ ਕਿ ਇੱਕ ਯੂਨੀਵਰਸਿਟੀ ਦੇ ਵਿੱਚ ਡੀਨ ਪਲੈਨਿੰਗ ਨੇ ਜੀ ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡੇ ਤੋਂ ਸਵਾਲ ਅਸੀਂ ਇਹੀ ਕਰਨਾ ਹੈ ਕਿ ਹੁਨਰ ਦੀ ਪਰਿਭਾਸ਼ਾ ਤੁਹਾਡੇ ਤੋਂ ਜਾਣਨੀ ਹੈ ਤੇ ਨਾਲ-ਨਾਲ ਇਹਦਾ ਵਿਕਾਸ ਕਿੱਦਾਂ ਹੁੰਦਾ ਹੈ ਇਹ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਸਭ ਤੋਂ ਸੌਖਾ ਜੋ ਹੁਨਰ ਦੀ ਡੈਫੀਨੀਸ਼ਨ ਹੈ ਉਹ ਤੇ ਕਿਸੇ ਖਾਸ ਕਾਰਜ ਨੂੰ ਹਮ ਸਮਾਂਮਾਨ ਤਰੀਕੇ ਨਾਲ ਕੰਮ ਕਰਨਾ ਔਰ ਉਹਦੇ ਵਿੱਚ ਜੇ ਮੈਂ ਤੁਹਾਡੀ ਡੈਫੀਨੀਸ਼ਨ ਵਿੱਚ ਐਡ ਕਰਾਂ ਔਰ ਖੁਸ਼ੀ-ਖੁਸ਼ੀ ਕਰਨਾ ਜੀ ਉਹਨੂੰ ਅਸੀਂ ਹੁਨਰ ਕਹਿੰਦੇ ਹਾਂ ਜੀ ਤੇ ਉਹਨੂੰ ਕਰਨ ਵਾਲੇ ਨੂੰ ਅਸੀਂ ਹੁਣ ਸਕਿੱਲ ਸਕਿਲਡ ਵਰਕਰ ਬੋਲਦੇ ਆ ਇਹਨੂੰ ਹੁਨਰ ਨੂੰ ਸਕਿੱਲ ਹੀ ਕਹਿ ਸਕਦੇ ਆ ਅੱਜ ਕੱਲ ਸਕਿੱਲ ਜਿਆਦਾ ਕਾਮਨ ਹੈ ਕਿਉਂਕਿ ਸਾਡੇ ਜਦੋਂ ਦਾ ਸਕਿੱਲ ਮਿਸ਼ਨ ਆਇਆ ਜਾਂ ਸਕਿੱਲ ਆਇਆ ਹਰ ਕੰਧਾਂ ਤੇ ਘਰਾਂ ਤੇ ਗਲੀਆਂ ਬਜ਼ਾਰਾਂ ਚ ਸਕਿੱਲ ਡਿਵੈਲਪਮੈਂਟ ਦੇ ਬਹੁਤ ਪਬਲਿਸਿਟੀ ਹੈ ਹਮ ਸੋ ਇਥੋਂ ਅਸੀਂ ਜੋ ਤਕਨੀਕੀ ਸਿੱਖਾਂ ਦਾ ਸਿੱਖਿਆ ਦਾ ਜੋ ਰੋਲ ਹੈ ਉਹ ਅੱਜ ਹੀ ਡਿਸਕਸ ਕਰਨ ਜਾ ਰਹੇ ਜੋ ਵਿਸ਼ਾ ਹੈ ਇਹ ਬੜਾ ਇੰਪੋਰਟੈਂਟ ਵਿਸ਼ਾ ਹੈ ਔਰ ਮੈਨੂੰ ਲੱਗ ਰਿਹਾ ਵੀ ਅਸੀਂ ਇਹਦੇ ਨਾਲ ਪੂਰਾ ਸੰਤੁਲਿਤ ਹੁਨਰ ਦਾ ਪੂਰਾ ਵਿਕਾਸ ਕਰਾਂਗੇ ਤੇ ਵੈਸੇ ਜਿਹੜੇ ਆਪਾਂ ਮਾਪਦੰਡ ਦੀ ਗੱਲ ਕਰਦੇ ਹਾਂ ਤੇ ਵਿਕਾਸ ਜਿਹੜਾ ਉਹ ਕਿਸ ਤਰ੍ਹਾਂ ਹੁਨਰ ਦਾ ਹੁੰਦਾ ਹੁਨਰ ਦਾ ਵਿਕਾਸ ਜੇ ਅਸੀਂ ਪਸ਼ੂਕੜ ਚ ਜਾਈਏ ਹੂੰ ਤੇ 4-5 ਦਹਾਕੇ ਪਹਿਲਾਂ ਇਹ ਫੈਮਿਲੀ ਟ੍ਰੇਟਸ ਹੁੰਦੇ ਸੀ ਫੈਮਿਲੀ ਟ੍ਰੇਟਸ ਜਿਵੇਂ ਕੋਈ ਤਰ੍ਹਾਂ ਕੋਈ ਕੋਈ ਕੰਮ ਟ੍ਰੇਡ ਦੀ ਗੱਲ ਮੈਂ ਕਰੂੰਗਾ ਟ੍ਰੇਡ ਦੇ ਵਿੱਚ ਜਿਵੇਂ ਜੱਦੀ ਪੁਸ਼ਤੀ ਕੰਮ ਹੁੰਦਾ ਸੀ ਜਿਵੇਂ ਕੋਈ ਤਰਖਾਣਾ ਕੰਮ ਕਰਦਾ ਸੀ ਤੇ ਉਹ ਤਰਖਾਣਾ ਕੰਮ ਕਰਦਾ ਸੀ ਇਸ ਤਰ੍ਹਾਂ ਕੋਈ ਮਿਸ਼ਨਰੀ ਦਾ ਕੰਮ ਕਰਦਾ ਸੀ ਤੇ ਉਹ ਟ੍ਰੈਡੀਸ਼ਨਲੀ ਫੈਮਿਲੀ ਤੋਂ ਹੀ ਸਿੱਖਦਾ ਸੀ ਉਹਨਾਂ ਦੇ ਕੋਈ ਸਿੱਖਿਆ ਸੰਸਥਾਨ ਤੋਂ ਜ਼ਿਆਦਾ ਕੋਈ ਪੜ੍ਹਾਈ ਲਿਖਾਈ ਦੇ ਨਾਲ ਸੰਬੰਧ ਨਹੀਂ ਸੀ ਹੁੰਦਾ ਜੀ ਪਰ ਹੌਲੀ ਹੌਲੀ ਜਦੋਂ ਤਕਨੀਕੀ ਸਿੱਖਿਆ ਜਾਂ ਤਕਨੀਕ ਦੇ ਵਿੱਚ ਹੋਰ ਪ੍ਰਫੁੱਲਤਾ ਆਈ ਤੇ ਉਹਦੇ ਵਿੱਚ ਬਹੁਤ ਸਾਰੀਆਂ ਟੈਕਨੋਲੋਜੀ ਟੈਕਨੋਲੋਜੀਕਲ ਐਡਵਾਂਸਮੈਂਟਸ ਆਈਆਂ ਜਿਨ੍ਹਾਂ ਕਰਕੇ ਸਾਨੂੰ ਉਹਦੇ ਲਈ ਯੂਨੀਵਰਸਟੀਆਂ ਜਾਂ ਐਜੂਕੇਸ਼ਨ ਸੰਸਥਾਵਾਂ ਵਿੱਚ ਵੀ ਟ੍ਰੇਨਿੰਗ ਲੈਣ ਦੀ ਜ਼ਰੂਰਤ ਪਈ ਜੀ ਤਾਂ ਕਿ ਅਸੀਂ ਨਵੀਂ ਟੈਕਨੋਲੋਜੀ ਨਵੇਂ ਮਟੀਰੀਅਲਸ ਯੂਜ਼ ਕਰ ਸਕੀਏ ਟੈਕਨੋਲੋਜੀ ਦੇ ਵਿੱਚ ਸੋ ਉਹ ਫਿਰ ਟਰੈਡੀਸ਼ਨਲੀ ਜਿਹੜੀ ਟ੍ਰੇਨਿੰਗ ਸੀ ਪੈਰੈਂਟਲ ਟ੍ਰੇਨਿੰਗ ਸੀ ਉਸ ਤੋਂ ਨਿਕਲ ਕੇ ਸੰਸਥਾਵਾਂ ਦੇ ਵਿੱਚ ਆਈ ਤੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਤੇ ਇਹ ਬਹੁਤ अर्ली 스테ਜ ਦੇ ਵਿੱਚ 1960 ਦੇ ਵਿੱਚ ਵੀ ਇਹ ਸਮਝ ਸਮਝ ਲਿਆ ਗਿਆ ਸੀ ਵੀ ਇਹ ਸਕਿੱਲ ਟ੍ਰੇਡ ਦੀ ਬੜੀ ਜ਼ਰੂਰਤ ਹੈ ਸਕਿੱਲ ਟ੍ਰੇਨਿੰਗ ਦੀ ਬੜੀ ਜ਼ਰੂਰਤ ਹੈ ਔਰ ਇੱਥੇ ਪੰਜਾਬ ਦੇ ਵਿੱਚ ਬਹੁਤ ਅੱਛਾ ਨੈਟਵਰਕ ਜਿਹੜਾ ਤਕਨੀਕੀ ਸਿੱਖਿਆ ਦਾ ਆਈਟੀਆਈ ਲੈਵਲ ਤੇ ਪਰ ਫੁੱਲ ਤੋਇਆ ਸੀਗਾ 1960 1965 ਦੇ ਵਿੱਚ ਸੋ ਉਦੋਂ ਹੀ ਸਮਝਿਆ ਗਿਆ ਸੀ ਔਰ ਉਦੋਂ ਮੇਰਾ ਖਿਆਲ ਹੈ ਵੀ ਜਿਹੜੀਆਂ ਆਈਟੀਆਜ਼ ਬਣੀਆਂ ਸੀਗੀਆਂ ਉਹ ਲੇਟੈਸਟ ਇਕੁਪਮੈਂਟ ਦੇ ਨਾਲ ਸੀ ਉਹਨਾਂ 'ਚ ਲੇਟੈਸਟ ਕੋਰਸੇਸ ਸੀ ਜਿਨ੍ਹਾਂ ਨਾਲ ਬੱਚੇ ਬੜੇ ਅੱਜ ਵੀ ਉਹਨਾਂ ਜਿਹੜੇ ਆਈਟੀਆਈਸ ਕੀਤੇ ਹੋਏ ਉਸ ਜ਼ਮਾਨੇ ਦੇ ਹੈ ਉਹਨਾਂ ਦੀ ਡਿਮਾਂਡ ਹੈ ਅੱਜ ਵੀ ਮਾਰਕੀਟ ਦੇ ਵਿੱਚ ਠੀਕ ਹੈ ਜੀ ਜੀ ਡਾਕਟਰ ਸਾਹਿਬ ਜੇ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਕਿ ਟ੍ਰੈਡੀਸ਼ਨਲ ਟਾਈਮ ਦੇ ਵਿੱਚ ਪੇਰੈਂਟਿੰਗ ਵਾਲੇ ਜਿਹੜੇ ਸਕਿੱਲ ਸੀ ਉਹ ਹੀ ਅੱਗੇ ਬੱਚੇ ਜਿਹੜੇ ਫਾਲੋ ਕਰਦੇ ਸੀ ਹੁਣ ਦੀ ਗੱਲ ਕਰੀਏ ਤਾਂ ਹੁਨਰ ਦੇ ਵਿਕਾਸ ਦੇ ਲਈ ਜਿਹੜੀ ਤਕਨੀਕੀ ਸਿੱਖਿਆ ਵੈ ਉਹਦਾ ਕੀ ਯੋਗਦਾਨ ਹੈ ਤਕਨੀਕੀ ਸਿੱਖਿਆ ਜੋ ਤਕਨੀਕੀ ਸਿੱਖਿਆ ਦੀ ਜਿਹੜੀ ਰੋਡ ਸਮਝੀ ਗਈ ਵੀ ਇਹਨੂੰ ਫਾਰਮਲੀ ਐਜੂਕੇਸ਼ਨ ਚ ਗਵਰਨਮੈਂਟ ਨੇ ਇਹਦੇ ਵਿੱਚ ਜੋ ਇਨੀਸ਼ੀਏਟਿਵ ਲਿਆ ਵੀ ਹਾਇਰ ਐਜੂਕੇਸ਼ਨ ਜਮੈਂਗਾ ਵੀ میٹرਿਕ ਤੋਂ ਬਾਅਦ ਜੋ ਡਿਪਲੋਮਾ ਐਜੂਕੇਸ਼ਨਸ ਜੇ ਸਟੈਟਿਸਟਿਕਸ ਵੱਲ ਜਾਏਗੇ ਤੇ 1986 ਦੀ ਜਿਹੜੀ ਐਜੂਕੇਸ਼ਨ ਪਾਲਿਸੀ ਉਹਦਾ ਬੜਾ ਇੰਪੋਰਟੈਂਟ ਰੋਲ ਹੈ 1986 ਦੀ ਪਾਲਿਸੀ 1986 ਦੀ ਤੇ ਜਿਹੜੀ ਐਜੂਕੇਸ਼ਨ ਪਾਲਿਸੀ ਸੀ ਉਹਦੇ ਵਿੱਚ ਇਸ ਤਕਨੀਕੀ ਸਿੱਖਿਆ ਨੂੰ ਹੁਨਰ ਦੇ ਨਾਲ ਜੋੜ ਕੇ ਇੰਟਰਪ੍ਰੈਨਿਓਰਸ਼ਿਪ ਦੇ ਨਾਲ ਜੋੜ ਕੇ ਉਹਨਾਂ ਨੇ ਡਿਵੈਲਪ ਕੀਤਾ ਸੀ ਜੀ ਤੇ ਉਹਦੇ ਵਿੱਚ ਜੋ ਜੇ ਉਸ ਤੋਂ ਪਹਿਲਾਂ ਦਾ ਸਟੈਟਿਸਟਿਕਸ ਦੇਖੀਏ ਤੇ ਸਾਡੇ ਕੋਲ 200 ਇੰਸਟੀਟਿਊਸ਼ਨ ਸਾਰੇ ਇੰਡੀਆ ਦੇ ਵਿੱਚ ਸੀਗੀਆਂ ਅਕ੍ਰੈਡੀਟਿਡ ਇੰਸਟੀਟਿਊਸ਼ਨਸ ਇਹ ਜਿਹੜੀਆਂ ਸਿਰਫ 40000 ਇੰਜੀਨੀਅਰਸ ਦੀ ਇਨਟੈਕ ਸੀ ਜੀ ਤੇ ਡਿਪਲੋਮਾ ਇੰਸਟੀਟਿਊਸ਼ਨ ਜਿਹੜੀਆਂ ਸੀ ਆਲਮੋਸਟ 500 ਸੀਗੀਆਂ ਜਿਹਦਾ ਚ ਟੋਟਲ ਸ਼ੀਤਾ ਮਤਲਬ 8 80000 ਸੀ ਜਿਹੜੀਆਂ ਕਿ ਅੱਜ ਪੰਜਾਬ ਦੇ ਕੋਲ ਇੰਨੀਆਂ ਸੀਟਾਂ ਉਦੋਂ ਇੰਡੀਆ ਦੇ ਵਿੱਚ ਤਕਰੀਬਨ 1 ਲੱਖ ਸੀਟ ਸੀ 120000 ਸੀ ਅੱਜ ਪੰਜਾਬ ਦੇ ਵਿੱਚ ਉਨੀਆਂ ਸੀਟਾਂ ਸੋ ਉਹ 86 ਦੀ ਪਾਲਸੀ ਉਨ ਦੇ ਨਾਲ ਜਿਹੜਾ ਹੈ ਉਹਦੀ ਇੰਨੀ ਪ੍ਰਫੁੱਲਤਾ ਹੈ ਵੀ 2002 ਦੇ ਵਿੱਚ ਜੇ ਉਹਦੀ ਮੈਂ ਸਟੈਟਿਸਟਿਕਸ ਤੁਹਾਡੇ ਨਾਲ ਸ਼ੇਅਰ ਕਰਾਂ ਤੇ 1 ਮਿਲੀਅਨ ਸੀਟ ਹੋ ਗਈ ਸੀ ਅੱਛਾ ਐਂਟਰੀ ਲੈਵਲ ਤੇ 1 ਮਿਲੀਅਨ ਸੀਟਸ ਹੋ ਗਈ ਸੀ ਅੱਜ ਜਿਹੜੀ ਕਿ 2.5 ਮਿਲੀਅਨ ਦੇ ਕਰੀਬ ਐਂਟਰੀ ਲੈਵਲ ਤੇ ਠੀਕ ਹੈ ਉਹਨਾਂ ਦੀ ਕੁਆਲਿਟੀ ਜਾਂ ਉਹਦੇ ਜਿਹੜੇ ਉਹਦੀ ਕੰਟਰੀਬਿਊਸ਼ਨ ਹੈ ਉਹਦੀ ਉਹਦੀ ਇੱਕ ਸੈਪਰੇਟ ਸਟੋਰੀ ਹੈ ਜੀ ਜਿਹੜੀ ਉਹਦੇ ਵਿੱਚ ਪ੍ਰਾਈਵੇਟ ਪਾਰਟਨਰਸ਼ਿਪ ਵੀ ਬਹੁਤ ਆਈ ਜੀ ਉਹਦੇ ਚ ਬਹੁਤ ਸਾਰੀਆਂ ਅੱਛੀਆਂ ਪਾਲਿਸੀ ਦੇ ਨਾਲ ਜਿਹੜੀਆਂ ਹੈ ਡਿਵੈਲਪਮੈਂਟਸ ਹੋਈਆਂ ਨਵੀਆਂ ਨਵੀਆਂ ਆਈਟੀਆਈਜ਼ ਆਈਟੀਆਈਜ਼ ਆਈਆਂ ਆਈਆਈਐਮਸ ਆਈਆਂ ਪਹਿਲਾਂ ਸਿਰਫ 5 ਆਈਟੀਆਈਜ਼ ਹੁੰਦੀਆਂ ਸੀਗੀਆਂ 86 ਦੀ ਪਾਲਿਸੀ ਆਉਣ ਦੇ ਨਾਲ ਬਹੁਤ ਸਾਰੀਆਂ ਹੋਰ ਨਵੀਆਂ ਆਈਟੀਆਈਜ਼ ਡਿਵੈਲਪ ਹੋਈਆਂ ਔਰ ਉਹਦੇ ਨਾਲ ਇੱਕ ਨਵੀਂ ਸੰਸਥਾ ਜਿਹੜੀ ਟੈਕਨੀਕਲ এডੂਕੇਸ਼ਨ ਨੂੰ ਵੇਖਣ ਵਾਸਤੇ ਸਥਾਪਿਤ ਕੀਤੀ ਉਹਦਾ ਨਾਮ ਹੈ ਆਲ ਇੰਡੀਆ ਕਾਉਂਸਲ ਫਾਰ ਟੈਕਨੀਕਲ এডੂਕੇਸ਼ਨ ਜੀ ਜੀ ਪਹਿਲਾਂ ਸਿਰਫ ਇੱਕ ਸੰਸਥਾ ਸੀ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਹੁਣ ਟੋਟਲ ਜਿਹੜੀ ਟੈਕਨੀਕਲ এডੂਕੇਸ਼ਨ ਟੈਕਨੀਕਲ ਐਂਡ ਮੈਨੇਜਮੈਂਟ এডੂਕੇਸ਼ਨ ਹੈ ਉਹ ਆਲ ਇੰਡੀਆ ਕਾਉਂਸਲ ਫਾਰ ਟੈਕਨੀਕਲ এডੂਕੇਸ਼ਨ ਦਿਖ ਰਹੀ ਹੈ ਜੀ ਔਰ ਉਹਦੇ ਇਸੇ ਪਾਲਿਸੀ ਦੇ ਤਹਿਤ ਜਿਹੜਾ ਇੰਟਰਪ੍ਰੈਨਿਓਰਸ਼ਿਪ ਦੀ ਮੈਂ ਗੱਲ ਕੀਤੀ ਹੈ ਜੀ ਬਈ ਉਹ ਇੰਟਰਪ੍ਰੈਨਿਓਰਸ਼ਿਪ ਨੂੰ ਡਿਵੈਲਪ ਕਰਨ ਵਾਸਤੇ ਬਹੁਤ ਸਾਰੀਆਂ ਸੰਸਥ ਵੀ ਡਵੈਲਪ ਕੀਤੀਆਂ ਐਂਟਰਪ੍ਰੈਨਿਓਰਸ਼ਿਪ ਪਾਰਕ ਇੰਡੀਆ ਦੇ ਵਿੱਚ ਬਣਾਏ ਗਏ ਤਾਂ ਕਿ ਜਿਹੜੇ ਅਸੀਂ ਇੰਜੀਨੀਅਰ ਪੈਦਾ ਕਰਾਂਗੇ ਉਹ ਐਂਟਰਪ੍ਰੈਨਿਓਰ ਹੋਣ ਉਹ ਜੋਬ ਟੇਕਰ ਨਾ ਹੋਣ ਜੋਬ ਮੇਕਰ ਜੋਬ ਮੇਕਰਸ ਹੋਣ ਜੀ ਜੀ ਸੋ ਉਹਨਾਂ ਨੇ ਫਿਰ ਇਸੇ ਦੇ ਵਿੱਚ ਸੰਬੰਧ ਦੇ ਵਿੱਚ ਦੋ ਇੰਸਟੀਟਿਊਸ਼ਨਸ ਇੰਡੀਆ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਐਜੂਕੇਸ਼ਨ ਦੇਣ ਵਾਸਤੇ ਸਥਾਪਿਤ ਕੀਤੀਆਂ ਇੱਕ ਸੰਤ ਲੰਗੋਵਾਲ ਇੰਸਟੀਟਿਊਟ ਸੀ ਇੱਕ ਸੰਤ ਇੱਕ ਸਿਲਚਰ ਦੇ ਵਿੱਚ ਇੱਕ ਹੋਰ ਇੰਸਟੀਟਿਊਸ਼ਨ ਸੀ ਨੀਰੈਸਟ ਨਾਚਰਲ ਪ੍ਰਦੇਸ਼ ਸੋ ਉਹਨਾਂ ਦੇ ਵਿੱਚ ਮੋਡੂਲਰ ਫਲੈਕਸੀਬਲ ਐਜੂਕੇਸ਼ਨ ਦੇਣ ਦਾ ਪ੍ਰਬਿਧਾਨ ਕੀਤਾ ਗਿਆ ਤਾਂ ਕਿ ਕੋਈ ਬੱਚਾ ਕਿਸੇ ਲੈਵਲ ਤੇ ਵੀ ਐਂਟਰ ਕਰੇ ਕਿਸੇ ਲੈਵਲ ਤੇ ਵੀ ਜਾ ਕੇ ਉਹ ਬੱਚਾ ਛੱਡ ਸਕਦਾ ਪੜਾਈ ਜਦੋਂ ਜਦੋਂ ਐਂਟਰੀ ਕਰੇ ਉਦੋਂ ਹੀ ਉਹ ਐਗਜ਼ਿਟ ਵੀ ਕਰ ਸਕਦਾ ਠੀਕ ਹੈ ਔਰ ਬਿਲਕੁਲ ਸਹੀ ਗੱਲ ਹੈ ਔਰ ਤੁਹਾਡੀਆਂ ਦੁਆਵਾਂ ਕਰਕੇ ਸ਼ਾਇਦ ਕੱਲ ਨੂੰ ਮੈਂ ਵੀ ਜੌਬ ਮੇਕਰ ਬਣ ਜਵਾਂ ਤੇ ਡਾਕਟਰ ਸਾਹਿਬ ਚਰਚਾ ਨੂੰ ਅੱਗੇ ਤੋਰਦੇ ਆ ਤਕਨੀਕੀ ਸਿੱਖਿਆ ਵਿੱਚ ਕਿਹੜੇ ਕਿਹੜੇ ਕੋਰਸ ਸ਼ਾਮਿਲ ਨੇ ਕਿਉਂਕਿ ਤੁਸੀਂ ਪੀਟੀਯੂ ਨਾਲ ਸੰਬੰਧਿਤ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਹੋ ਤੇ ਥੋੜਾ ਜਿਆ ਤੁਸੀਂ ਵਿਸਥਾਰ ਵਿੱਚ ਦੱਸੋ ਵੀ ਕਿਹੜੇ ਕਿਹੜੇ ਜਿਹੜੇ ਕੋਰਸੇਸ ਨੇ ਇਸ ਤਕਨੀਕੀ ਸਿੱਖਿਆ ਦੇ ਦਰਮਿਆਨ ਜਾਂ ਇਹਦੇ ਮੱਦੇਨਜ਼ਰ ਸ਼ਾਮਿਲ ਤਕਨੀਕੀ ਸਿੱਖਿਆ ਦੇ ਵਿੱਚ ਇਸ ਵੇਲੇ ਅਸੀਂ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਇੱਕੋ ਇੱਕ ਟੈਕਨੀਕਲ ਯੂਨੀਵਰਸਿਟੀ ਸੀਗੀ ਪੰਜਾਬ ਦੇ ਵਿੱਚ ਪਹਿਲਾਂ ਤੇ ਇਹ ਸਾਰੀ ਟੈਕਨੀਕਲ এডੂਕੇਸ਼ਨ ਨੂੰ ਹਾਇਰ এডੂਕੇਸ਼ਨ ਨੂੰ ਕੰਟਰੋਲ ਕਰਦੀ ਸੀ ਤੇ ਇਸ ਵੇਲੇ ਤਕਰੀਬਨ ਇਹਦੇ ਵਿੱਚ 55 ਕੋਰਸ ਪਰ ਇਸ ਵੇਲੇ ਅਸੀਂ ਦੋ ਯੂਨੀਵਰਸਟੀਆਂ ਬਣ ਗਈਆਂ ਮਹਾਰਾਜਾ ਰਣਜੀਤ ਸਿੰਘ ਪਟਿਆਲਾ ਯੂਨੀਵਰਸਿਟੀ ਇਹਦਾ ਹੀ ਪਾਰਟ ਸੀ ਪਹਿਲਾਂ ਉਹ ਬਠਿੰਡੇ ਚਾ ਸਾਡੀ ਯੂਨੀਵਰਸਿਟੀ ਦਾ ਕੋਈ ਜੂਰਿਸਡਿਕਸ਼ਨ 11 ਜ਼ਿਲ੍ਹਿਆਂ ਦੇ ਵਿੱਚ ਹੈ ਸੋ ਅਸੀਂ ਤਕਰੀਬਨ ਤਕਰੀਬਨ 55 ਕੋਰਸ ਸਾਡੀ ਯੂਨੀਵਰਸਿਟੀ ਜਾਂ ਯੂਨੀਵਰਸਿਟੀ ਦੇ ਕੈਂਪਸ ਜਾਂ ਉਹਦੇ ਅਫੀਲੀਏਟਡ ਕਾਲਜਸ ਦੇ ਵਿੱਚ ਚੱਲਦੇ ਆ ਜੀ ਹਾਂਜੀ ਸੋ ਇਹਦੇ ਵਿੱਚ ਮੈਨੇਜਮੈਂਟ ਹੈ ਹਸਪੀਟੈਲਿਟੀਆਂ ਹੈ ਫਿਰ ਇੰਜੀਨੀਅਰਿੰਗ ਦੇ ਬਹੁਤ ਸਾਰੇ ਕੋਰਸੇ ਹੈ ਬੜੀ ਵੈਰਾਈਟੀ ਹੈ ਔਰ ਅਸੀਂ ਇਹਨੂੰ ਡਾਇਨਾਮਿਕਲੀ ਚੇਂਜ ਵੀ ਕਰਦੇ ਰਹਿੰਦੇ ਹਾਂ ਅਕੋਰਡਿੰਗ ਟੂ ਦਾ ਨੀਡ ਆਫ ਦਾ ਇੰਡਸਟਰੀ ਔਰ ਦਾ ਸੋਸਾਇਟੀ ਸੋ ਤਕਰੀਬਨ ਸਾਡੇ ਜਿਹੜੇ ਬਹੁਤ ਸਾਰੇ ਬੱਚੇ ਆ ਉਹ ਉਹਨਾਂ ਦੀ ਐਕਸੈਪਟੇਬਿਲਟੀ ਵੀ ਹੈ ਵਰਲਡਵਾਈਡ ਡਾਕਟਰ ਆਪ ਇਹਦੇ ਨਾਲ ਹੀ ਜਾਨਣਾ ਚਾਹਾਂਗੇ ਤੇ ਅੱਜਕੱਲ ਜੇ ਟ੍ਰੈਂਡ ਦੀ ਗੱਲ ਕਰੀਏ ਤੇ ਟ੍ਰੈਂਡ ਦੇ ਹਿਸਾਬ ਨਾਲ ਕਿਹੜੇ ਕੋਰਸੇ ਜਿਹੜੇ ਹੈ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾ ਜਿਹੜੇ ਹੋ ਜਾਣੇ ਜੇ ਮੈਂ ਇੰਜੀਨੀਅਰਿੰਗ ਦੀ ਗੱਲ ਕਰਾਂ ਜੀ ਤੇ ਜਿਆਦਾ ਟ੍ਰੈਂਡ ਸਾਡੇ ਕਿਉਂਕਿ ਇੰਪਲਾਈਅਬਿਲਟੀ ਨੂੰ ਦੇਖਦੇ ਬੱਚਿਆਂ ਨੂੰ ਇੰਨਾ ਜਿਆਦਾ ਨਹੀਂ ਪਤਾ ਹੁੰਦਾ ਬੱਚੇ ਜਿਹੜੇ ਸਾਡੇ ਰੂਰਲ ਬੈਕਗ੍ਰਾਉਂਡ ਦੇ ਆਉਂਦੇ ਆ ਪਰ ਉਹ ਦੇਖਾ ਦੇਖੀ ਜੋ ਕੋਰਸ ਲੈ ਰਹੇ ਆ ਜਿਆਦਾ ਕੰਪਿਊਟਰ ਦੇ ਵਿੱਚ ਬੜਾ ਹੂੰ ਹੂੰ ਕੰਪਿਊਟਰ ਦੇ ਬਹੁਤ ਸਾਰੇ ਕੋਰਸੇ ਹੈਗੇ ਆ ਕੰਪਿਊਟਰ ਸਾਇੰਸ ਆ ਐਨੀਮੇਸ਼ਨ ਨਾਲ ਜੁੜੇ ਬਹੁਤ ਕੋਰਸੇ ਆ ਬਹੁਤ ਸਾਰੇ ਕੋਰਸੇ ਆ ਜਿਹੜੇ ਕੰਪਿਊਟਰ ਤੇ ਜਿਆਦਾ ਟੈਂਡ ਜਾਂਦੇ ਕਿਉਂਕਿ ਉਹ ਕੰਪਿਊਟਰ ਦੀ ਐਕਸੈਪਟੇਬਿਲਟੀ ਵਰਲਡਵਾਈਡ ਹੈ ਇਸ ਲਈ ਹਾਂਜੀ ਬਿਲਕੁਲ ਜੇ ਮੈਂ ਬਿੋਂਡ ਦਾ ਲਿਮਿਟਸ ਆਫ ਦਾ ਕੰਟਰੀ ਵੀ ਗੱਲ ਕਰਾਂ ਤੇ ਅੱਜ ਵਰਡ ਦੇ ਵਿੱਚ ਵੀ ਜਿਹੜੀ ਜਿੰਨੀ ਸੌਫਟਵੇਅਰ ਇੰਜੀਨੀਅਰਸ ਜਾਂ ਉਹਦੇ ਨਾਲ ਰਿਲੇਟਡ ਕਿਤੇ ਐ ਉਹਨਾਂ ਚ ਦੇ ਕੱਲੀ ਕੱਲੀ ਅਮਰੀਕਨ ਕੰਟੀਨੈਂਟ ਦੀ ਗੱਲ ਕਰਾਂ ਤੇ ਉੱਥੇ ਕੋਈ 10 ਲੱਖ ਜੌਬ ਅਵੇਲੇਬਲ ਹੈ ਜਦੋਂ ਟੈਕਨੀਕਲ ਐਜੂਕੇਸ਼ਨ ਦੀ ਅਸੀਂ ਗੱਲ ਕਰਦੇ ਹਾਂ ਇੱਕ ਸ਼ਬਦ ਜਿਹੜਾ ਹੈ ਸੁਣਨ ਨੂੰ ਆਉਂਦਾ ਹੁੰਦਾ ਕਮਿਊਨਿਟੀ ਡਿਵੈਲਪਮੈਂਟ ਇਹਦੇ ਬਾਰੇ ਅਸੀਂ ਜਾਨਣਾ ਚਾਹਾਂਗੇ ਹੁਨਰ ਦੇ ਵਿਕਾਸ ਦੇ ਲਈ ਐ ਕੀ ਭੂਮਿਕਾ ਨਿਭਾਉਂਦਾ ਹੈ ਯੂਨੀਵਰਸਿਟੀ ਦਾ ਰੋਲ ਜਿਹੜਾ ਹੈ ਉਹ ਹਾਇਰ ਐਜੂਕੇਸ਼ਨ ਨਾਲ ਜ਼ਿਆਦਾ ਉਹਦਾ ਉਹਦਾ ਸਕੂਪ ਆਫ ਵਰਕ ਹੈ। ਅੱਛਾ ਜੀ। ਉਹ ਹਾਇਰ ਐਜੂਕੇਸ਼ਨ ਨਾਲ ਅਸੀਂ ਜੋ ਹਾਇਰ ਐਜੂਕੇਸ਼ਨ ਨੂੰ ਡੀਲ ਕਰਦੇ ਹਾਂ ਪਰ ਫਿਰ ਵੀ ਸਾਡੀ ਰਿਸਪੌਂਸਿਬਿਲਟੀ ਅਸੀਂ ਛੱਡ ਨਹੀਂ ਸਕਦੇ। ਕਿਉਂਕਿ ਅਸੀਂ ਲੋਕਾਂ ਨਾਲ ਜੁੜੇ ਆ ਸਾਡੀ ਜਿਹੜੀ ਟੈਕਨੀਕਲ ਐਜੂਕੇਸ਼ਨ ਨੂੰ ਡਿਵੈਲਪ ਕਰਨ ਦੀ ਸਾਡੀ ਜ਼ਿੰਮੇਵਾਰੀ ਹੈ। ਸੋ ਉਹਦੇ ਲਈ ਅਸੀਂ ਆਪਣੇ ਲੈਵਲ ਤੇ ਵੀ ਕਰਦੇ ਰਹੇ ਨੇ ਔਰ ਅਸੀਂ ਮੋਟੀਵੇਟ ਵੀ ਕਰਦੇ ਆ ਕਿ ਇਹਨਾਂ ਨੂੰ ਕੁਝ ਕੀਤਾ ਜਾਵੇ ਤਾਂ ਕਿ ਸੋਸਾਇਟੀ ਨੂੰ ਟੈਕਨੀਕਲ ਕੋਰਸਿਸ ਦਾ ਬੇਨਫਿਟ ਮਿਲ ਸਕੇ ਬਿਲਕੁਲ ਜਿਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਵੀ ਇੱਕ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਚੱਲਦਾ ਹੈ ਉਹਦਾ ਨੋਡਲ ਨੋਡਲ ਬਾਡੀ ਜਿਹੜੀ ਹੈ ਨਿਟਰ ਹੈ ਐਨ ਆਈ ਟ੍ਰਿਪਲ ਟੀ ਆਰ ਜੱਦੀਗੜ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈ ਉਹ ਚ ਪਿੰਡਾਂ ਦੇ ਵਿੱਚ ਜਾ ਕੇ ਕਮਿਊਨਿਟੀ ਪ੍ਰੋਗਰਾਮ ਚਲਾਏ ਜਾਂਦੇ ਆ ਠੀਕ ਹੈ ਬੜਾ ਅੱਛਾ ਮੈਂ ਜਦੋਂ ਸੰਤ ਲੰਗੋਵਾਲ ਇੰਸਟੀਚਿਊਟ ਸੀ ਅਸੀਂ ਵੀ ਕੋਈ 20 ਪਿੰਡ ਜਾਗਰੂ ਕਰਦੇ ਸੀ ਪਿੰਡ ਅਸੀਂ ਅਡਾਪਟ ਕੀਤੇ ਸੀ ਉਹਨਾਂ ਚ ਅਸੀਂ ਕਮਿਊਨਿਟੀ ਡਿਵੈਲਪਮੈਂਟ ਦੇ ਪ੍ਰੋਗਰਾਮ ਚ ਚਲਾਉਂਦੇ ਸੀ ਉੱਥੇ ਵੱਖਰੇ ਵੱਖਰੇ ਸੈਕਟਰ ਦੇ ਵਿੱਚ ਜੋ ਡਿਪੈਂਡਿੰਗ ਹੁੰਦਾ ਕਿ ਵੀ ਉਸ ਪਿੰਡ ਜਾਂ ਉਸ ਸੋਸਾਇਟੀ ਦੀ ਕੀ ਰਿਕੁਆਇਰਮੈਂਟ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦੱਸੂਗਾ ਮਲੇਰ ਕੋਟਲਾ ਦੇ ਇਸ ਏਰੀਏ ਦੇ ਵਿੱਚ ਅਸੀਂ ਤਿੰਨ ਪਿੰਡ ਦੇ ਵਿੱਚ ਇਹ ਚਲਾਉਂਦੇ ਸੀ ਇੱਕ ਅਸੀਂ ਲੈਦਰ ਲੈਦਰ ਦੇ ਬੈਗਸ ਬਣਾਉਂਦੇ ਸੀ ਇੱਕ ਲੜਕੀਆਂ ਦਾ ਸੈਂਟਰ ਬਣਾਇਆ ਹੋਇਆ ਸੀ ਉਹ ਲੈਦਰ ਬੈਗਸ ਬਣਾਉਂਦੇ ਸੀ ਗਵਰਨਮੈਂਟ ਦੀ ਫੰਡਿੰਗ ਸੀ ਉਹਨਾਂ ਨੂੰ ਸਾਰਾ ਮਟੀਰੀਅਲ ਅਸੀਂ ਦਿੰਦੇ ਸੀ ਪਰ ਜਿਹੜੀ ਉਹ ਪ੍ਰੋਡਕਟ ਸੀ ਉਹ ਅਸੀਂ ਦਿੱਲੀ ਸੇਲ ਕਰਦੇ ਸੀ ਤੇ ਉਹ ਜਿਹੜੀ ਉਥੋਂ ਇਨਕਮ ਹੁੰਦੀ ਸੀ ਉਹ ਬੱਚਿਆਂ ਦੇ ਉਹ ਸੁਸਾਇਟੀ ਦੇ ਪੈਸੇ ਜਮਾਉਂਦੇ ਸੀ ਤੇ ਉਹ ਸੋਸ਼ਲ ਕਾਜ ਵਾਸਤੇ ਯੂਜ਼ ਕਰਦੇ ਸੀ ਜਿਵੇਂ ਕਿਸੇ ਲੜਕੀ ਦੀ ਮੈਰਿਜ ਹੈ ਜਾਂ ਉਹਨਾਂ ਨੂੰ ਉਹ ਇਸ ਤਰ੍ਹਾਂ ਹੀ ਇੱਕ ਫੁਲਕਾਰੀ ਤੇ ਬਾਗ अच्छा सर्टन सुनया ਹੋਏਗਾ ਆ ਵਿਆਹਾਂ ਦੇ ਉਤੇ ਆਮ ਅੱਜ ਕੱਲ ਯੂਜ਼ ਕਰਦੇ ਫੁਲਕਾਰੀ ਤੇ ਬਾਗ ਇੱਕ ਸੈਂਟਰ ਦੇ ਵਿੱਚ ਸਾਡੇ ਬੜੇ ਅੱਛੇ ਫੁਲਕਾਰੀ ਤੇ ਬਾਗ ਬਣਦੇ ਸੀ ਬਾਗ ਬਣਦੇ ਸੀ ਉਹ ਵੀ ਅਸੀਂ ਦਿੱਲੀ ਸੇਲ ਕਰਦੇ ਸੀਗੇ ਉਸੇ ਮਾਨੇ ਦੇ ਵਿੱਚ ਡਾਕਟਰ ਸਾਹਿਬ ਇੱਕ ਵਰਤਮਾਨ ਸਮੇਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਹ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਬਹੁਤ ਜ਼ਿਆਦਾ ਗੱਲ ਹੁੰਦੀ ਹੈ ਕਿ ਬੱਚਿਆਂ ਨੂੰ ਜੇ ਉਹਨਾਂ ਦੇ ਵਿੱਚ ਕੋਈ ਹੁਨਰ ਹੈ ਸਾਡੇ ਮਾਨ ਜੋ ਪ੍ਰਧਾਨ ਮੰਤਰੀ ਵੀ اسی ਦਿਸ਼ਾ ਵਿੱਚ ਉਹਨਾਂ ਨੇ ਸਾਨੂੰ ਪ੍ਰੇਰਿਆ ਸਾਨੂੰ ਤੋਰਦੇ ਪਏ ਆ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਇਹ ਵੀ ਪਰਿਭਾਸ਼ਾ ਤੁਹਾਡੀ ਨਜ਼ਰ ਦੇ ਵਿੱਚ ਤੁਹਾਡੇ ਸ਼ਬਦਾਂ ਦੇ ਵਿੱਚ ਕੀ ਹੋਏਗੀ ਬੇਸਿਕਲੀ ਸਾਡੇ ਜਿਹੜੀਆਂ ਗਵਰਨਮੈਂਟਸ ਹੈ ਉਹਨਾਂ ਨੂੰ ਇਹ ਬੜੇ ਭਲੀ ਭਾਤ ਪਤਾ ਹੈ ਵੀ ਜਿਹੜਾ ਸਾਡੇ ਕੋਲ ਜਿਹੜਾ ਸਭ ਤੋਂ ਵੱਡ ਸਟਰੈਂਥ ਹੈ ਇੰਡੀਆ ਦੀ ਸਟਰੈਂਥ ਯੂਥ ਉਹ ਯੂਥ ਹੈ ਹਮ ਵਰਕਿੰਗ ਯੂਥ ਬਿਲਕੁਲ ਵਰਕ ਫੋਰਸ ਜਿਹੜੀ ਹੈ ਸਾਡੇ ਕੋਲ 47% ਜੋ ਇਨਕਰੀਸ ਹੋਈ ਹੈ ਹਾਂਜੀ ਵੀ 220 ਤੱਕ ਸਾਡੇ ਕੋਲ 47% ਵਰਡ ਦਾ ਯੂਥ ਜੀ ਵਰਕਿੰਗ ਯੂਥ ਹੋਏਗਾ ਸੋ ਉਹ ਯੂਥ ਅਗਰ ਅਸੀਂ ਉਹਨੂੰ ਸਕਿਲਫੁਲ ਕਰਾਂਗੇ ਤਾਂ ਹੀ ਉਹ ਅਸੀਂ ਸਕਸੈਸਫੁਲ ਹੋਵਾਂਗੇ ਅਗਰ ਨਹੀਂ ਤੇ ਬੇਰਜ਼ਗਾਰੀ ਜਾਂ ਕੁਝ ਹੋਰ ਉਹਦੇ ਬੈਡ ਅ ਇਫੈਕਟਸ ਜਿਹੜੇ ਸਾਡੀ ਸੈਜੀ ਦੇ ਹੋਣਗੇ ਉਹਨੂੰ ਟੈਕਲ ਕਰਨ ਦੇ ਲਈ ਅ ਕਾਫੀ ਧੀਰ ਤੋਂ ਐਫਰਟਸ ਹੋ ਰਹੀਆਂ ਸਕਿੱਲ ਡਿਵੈਲਪਮੈਂਟ ਮਿਸ਼ਨ ਬਣਿਆ ਸਕਿੱਲ ਡਿਵੈਲਪਮੈਂਟ ਮਿਸ਼ਨ ਪਹਿਲਾਂ ਵੀ ਬਣਿਆ ਸੀ 25000 ਕਰੋੜ ਰੁਪਏ ਰੱਖਿਆ ਸੀਗਾ ਫਿਰ 2015 ਦੇ ਵਿੱਚ ਇਹਨਾਂ ਨੇ ਸਕਿੱਲ ਇੰਡੀਆ ਅਨਾਉਂਸ ਕੀਤਾ ਮੋਦੀ ਜੀ ਨੇ 15 April 2015 ਚ ਜੀ ਸੋ ਉਹਦੇ ਵਿੱਚ ਵੀ ਇਹਨਾਂ ਦਾ ਟਾਰਗੇਟ ਸੀ ਵੀ 2022 ਤੱਕ ਅਸੀਂ 40 ਕਰੋੜ ਬੱਚੇ ਨੂੰ ਸਕਿੱਲਫੁੱਲ ਬਣਾਉਣਾ ਹੈ ਠੀਕ ਹੈ ਜੀ ਇਟਸ ਅ ਬਿਗ ਨੰਬਰ ਹੂੰ ਮੈਨੂੰ ਐਗਜੈਕਟ ਨੰਬਰ ਨਹੀਂ ਪਤਾ ਸੀ ਕਿੰਨੇ ਨੂੰ ਕਰ ਚੁੱਕੇ ਨੇ ਵਿਜ਼ਨ ਬਹੁਤ ਵੱਡੀ ਹੈ ਵਿਜ਼ਨ ਬਹੁਤ ਵੱਡਾ ਹੈ ਕਿਉਂਕਿ ਜੇ ਅਸੀਂ ਸਵਾ ਕਰੋੜ ਜਾਂ 1 ਕਰੋੜ 30 ਲੱਖ ਆਬਾਦੀ ਦੇ ਵਿੱਚੋਂ ਜਿਹੜਾ ਯੂਥ ਗਿਣਨ ਲਈ ਗਏ ਸਨ ਜੀ ਜੀ ਤੇ ਉਹ ਯੂਥ ਮੇਰੇ ਖਿਆਲ ਅਲਮੋਸਟ 47% ਨੂੰ ਕਰਾਸ ਕਰਦਾ ਜੇ ਅਸੀਂ 40 ਕਰੋੜ ਕਰੀਏ ਜੀ ਬਿਲਕੁਲ ਜੀ ਬਿਲਕੁਲ ਸੋ ਉਹ ਟਾਰਗੇਟਸ ਮੀਟ ਕਰ ਲਈਏ ਅਗਰ ਅਸੀਂ ਕਰਦੇ ਹਾਂ ਜੀ ਤੇ ਸ਼ਾਇਦ ਅਸੀਂ ਗਲੋਬਲੀ ਸਾਰੀ ਜਿਹੜੀ ਹੈ ਯੂਥ ਜਿਹੜੀ ਮੈਨਪਾਵਰ ਹੈ ਜੀ ਟੈਕਨੀਕਲ ਮੈਨਪਾਵਰ ਉਹਦੇ ਸਾਡਾ ਬੜਾ ਵੱਡਾ ਰੋਲ ਹੋਏਗਾ એનર્ਜੀ ਨੂੰ ਨੌਜਵਾਨਾਂ ਦੀ ਜਿਹੜੀ ਤਾਕਤ ਹੈ ਉਹਨੂੰ ਜੈਨਰਲਾਈਜ਼ ਕਰਨਾ ਸਹੀ ਪਾਸੇ ਬਹੁਤ ਜ਼ਰੂਰੀ ਹੈ ਜੀ ਹੁਨਰ ਦੀ ਗੱਲ ਚੱਲ ਰਹੀ ਹੈ ਡਾਕਟਰ ਸਾਹਿਬ ਹੁਨਰ ਹਰ ਇੱਕ ਵਿਅਕਤੀ ਦੇ ਵਿੱਚ ਹੈ ਜਦੋਂ ਆਪਾਂ ਕਿਸੇ ਸਟੂਡੈਂਟ ਦੀ ਗੱਲ ਕਰੀਏ ਉਹਦੇ ਹੁਨਰ ਨੂੰ ਪਹਿਚਾਨਣ ਵਾਸਤੇ ਉਹਦੀ ਚੋਣ ਵਾਸਤੇ ਜਿਹੜੀ ਤਕਨੀਕੀ ਸੰਸਥਾਵਾਂ ਨੇ ਉਹ ਕਿੱਦਾਂ ਮਦਦ ਕਰਦੀਆਂ ਨੇ ਐਕਚੁਅਲੀ ਹੁਨਰ ਜਿਹੜਾ ਹੈ ਇਹ ਜਿਹੜਾ ਵਿਅਕਤੀ ਦੇ ਅੰਦਰੂਨੀ ਤੌਰ ਤੇ ਹੀ ਪੈਦਾ ਹੁੰਦਾ ਜੀ ਜੀ ਅਸੀਂ ਕਈ ਇਹ ਵੀ ਹੁਨਰ ਸਿਖਾਇਆ ਜਾ ਸਕਦਾ ਹੈ ਸਿਖਾਉਣ ਦੇ ਨਾਲ ਆਰਟੀਫੀਸ਼ੀਅਲ ਹੁਨਰ ਤੇ ਅਕਵਾਇਰ ਕੀਤਾ ਜਾ ਸਕਦਾ ਹੈ ਗੋਡ ਗਿਫਟ ਹੁੰਦਾ ਜੀ ਗੋਡ ਗਿਫਟ ਦੇ ਹੁਨਰ ਨੂੰ ਅਗਰ ਅਸੀਂ ਐਕਸਪਲੈਨ ਕਰੀਏ ਤੇ ਉਹ ਸਕਸੈਸਫੁਲ ਹੋਣ ਦਾ ਚਾਂਸ ਜ਼ਿਆਦਾ ਹੈ ਹੂੰ ਸੋ ਅਸੀਂ ਯੂਨੀਵਰਸਿਟੀ ਲੈਵਲ ਤੇ ਜਾਂ ਕਾਲਜ ਜਾਂ ਇੰਸਟੀਟਿਊਸ਼ਨਸ ਹੂੰ ਬੱਚੇ ਦੇ ਨਾਲ ਕਾਉਂਸਲਿੰਗ ਕਰਕੇ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ ਵੀ ਜੀ ਇਹ ਤੇਰੀ ਇਹ ਆਪ ਇਹ ਤੇਰੀ ਲਾਈਨ ਹੋ ਸਕਦੀ ਹੈ ਜਿੱਦੇ ਤੂੰ ਸਕਸੈਸਫੁਲ ਹੋ ਸਕਦਾ ਹੈ ਜੀ ਪਰ ਬੱਚੇ ਨੂੰ ਆਪਣੇ ਆਪ ਆਇਡੈਂਟੀਫਾਈ ਉਹਦੇ ਚ ਕਰਨਾ ਪਏਗਾ ਕਿ ਮੈਂ ਕਿਸ ਲਾਈਨ ਦੇ ਵਿੱਚ ਔਰ ਬੱਚੇ ਅੱਜਕੱਲ ਕਿਉਂਕਿ ਮੀਡੀਆ ਬੜਾ ਐਕਟਿਵ ਹੈ ਬੱਚੇ ਖੁਦ ਵੀ ਬੜੇ ਸਮਝਦਾਰ ਹੋਏ ਆ ਉਹਨਾਂ ਦੇ ਪੇਰੈਂਟਸ ਉਹ ਤੋਂ ਵੀ ਜ਼ਿਆਦਾ ਸਮਝਦਾਰ ਹੈ ਬਿਲਕੁਲ ਹਾਂਜੀ ਇਨੋਵੇਟਿਵ ਦਿਮਾਗ ਜਿਹੜਾ ਸਾਡੇ ਰਚਨਾਤਮਕਤਾ ਸਾਡੇ ਅੰਦਰ ਭਰੀ ਹੋਈ ਹੈ ਅੱਜ ਦੇ ਟਾਈਮ ਦੇ ਵਿੱਚ ਡਾਕਟਰ ਸਾਹਿਬ ਅਸੀਂ ਜੀ ਗੱਲ ਕਰੀਏ ਕਿ ਜਿਹੜੇ ਫਿਜ਼ੀਕਲ ਹੈਂਡੀਕੈਪ ਜਿਹੜੇ ਵਿਦਿਆਰਥੀ ਨੇ ਕਿ ਉਹ ਵੀ ਸਕਿੱਲ ਹਾਸਲ ਕਰ ਸਕਦੇ ਨੇ ਤਕਨੀਕੀ ਸੰਸਥਾਵਾਂ ਨਾਲ ਜੁੜੇ ਬਿਲਕੁਲ ਬਿਲਕੁਲ ਜੀ ਸਾਡੇ ਸੰਸਥਾਵਾਂ ਦੇ ਵਿੱਚ ਇਹ ਡਾਇਰੈਕਸ਼ਨ ਹੈ ਆਲ ਇੰਡੀਆ ਕਾਉਂਸਲ ਫਾਰ ਟੈਕਨੀਕਲ ਐਜੂਕੇਸ਼ਨ ਦੀ ਵੀ ਕਿਸੇ ਨੂੰ ਵੀ ਬਰਾਬਰ ਦਾ ਹੱਕ ਹੈ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਦਾ ਬੱਚਿਆਂ ਉਹਨਾਂ ਵਾਸਤੇ ਅਸੀਂ ਹਰ ਇੱਕ ਬਿਲਡਿੰਗ ਦੇ ਵਿੱਚ ਪ੍ਰਵੀਜ਼ਨ ਰੱਖੀ ਹੋਈ ਹੈ ਜੀ ਉਹਨਾਂ ਦੀਆਂ ਬਕਾਇਦਾ ਡਾਇਰੈਕਸ਼ਨ ਹੈ ਵੀ ਉਹਨਾਂ ਚ ਕੀ ਕੀ ਮੋਡੀ ਬਿਲਡ ਬੱਚੇ ਨੂੰ ਕੋਈ ਵੀ ਆਰਥੋਪੈਡੀਕਲੀ ਪਾਰਟਿਕੂਲਰਲੀ ਜੀ ਬਾਕੀ ਹੈਂਡੀਕੈਪਸ ਦੀ ਜੀ ਮੈਂ ਜ਼ਿਆਦਾ ਗੱਲ ਕਰਦਾ ਮੈਨੂੰ ਆਰਥੋਪੈਟਿਕਸ ਦਾ ਪਤਾ ਹੈ ਜੀ ਕਿਉਂਕਿ ਅਸੀਂ ਬਹੁਤ ਸਾਰਾ ਕੰਮ ਕੀਤਾ ਉੱਤੇ ਸਾਰੀਆਂ ਬਿਲਡਿੰਗਾਂ ਦੇ ਵਿੱਚ ਉਹਦੇ ਵਿੱਚ ਆਰਥੋਪੈਡੀਕਲੀ ਹੈਂਡੀਕੈਪ ਜਿਹੜੇ ਬੱਚੇ ਆ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਉਹ ਸਾਰੀਆਂ ਪ੍ਰੋਵੀਜ਼ਨਸ ਲਿਫਟ ਦੀਆਂ ਪ੍ਰੋਵੀਜ਼ਨ ਐ ਰੈਂਪ ਦੀਆਂ ਪ੍ਰੋਵੀਜ਼ਨ ਐ ਉਹਨਾਂ ਦੀ ਮੂਵਮੈਂਟ ਦੀਆਂ ਪ੍ਰੋਵੀਜ਼ਨਸ ਹੈਗੀਆਂ ਅੱਛਾ ਅੱਛਾ ਇਸ ਕਰਕੇ ਉਹ ਕੋਈ ਦਿੱਕਤ ਨਹੀਂ ਹੈਗੀ इवन ਲੜਕੀਆਂ ਵਾਸਤੇ ਵੀ ਸਪੈਸ਼ਲ ਪ੍ਰੋਵੀਜ਼ਨਸ ਹੈਗੀਆਂ ਜੀ ਠੀਕ ਹੈ ਤੇ ਇਹਦੇ ਨਾਲ ਹੀ ਜੇ ਗੱਲ ਕਰੀਏ ਆਪਣੇ ਦੇਸ਼ ਦੇ ਨੌਜਵਾਨਾਂ ਦੀ ਇੱਕ ਉਹਨਾਂ 'ਚ ਲਾਲਸਾ ਬਹੁਤ ਵੱਧ ਚੁੱਕੀ ਹੈ ਉਹ ਹੈ ਜੀ ਬਾਹਰ ਸੈਟਲ ਹੋਣ ਦੀ ਬਾਹਰ ਜਾਣ ਦੀ ਜੇ ਆਪਾਂ ਤਕਨੀਕੀ ਸਿੱਖਿਆ ਦਾ ਵਿਕਾਸ ਕਰਕੇ ਉਹਨਾਂ ਦੇ ਹੁਨਰ ਦਾ ਵਿਕਾਸ ਕਰਕੇ ਉਹਨਾਂ ਦਾ ਜਿਹੜਾ ਸੁਪਨਾ ਹੈ ਬਾਹਰ ਜਾਣ ਦਾ ਉੱਤੇ ਥੋੜੀ ਠੱਲ ਪਾ ਸਕਦੇ ਹਾਂ ਤਲ ਜੂਰ ਪਾ ਸਕਦੇ ਆ ਸਾਡੇ ਕੋਲ ਜਿਹੜੀਆਂ ਸਕੋਪ ਆਫ এমਪਲੋਇਬਿਲਟੀ ਇੰਡੀਆ ਦੇ ਵਿੱਚ ਵੀ ਬਹੁਤ ਹੈ ਜੀ ਹੂੰ ਸਿਰਫ ਸਾਨੂੰ ਜਿਹੜਾ ਆਪਣਾ ਐਜੂਕੇਸ਼ਨ ਪਾਲਿਸੀ ਹੂੰ ਉਹਦੇ ਵਿੱਚ ਸਾਨੂੰ ਮੋਡੀਫਿਕੇਸ਼ਨ ਕਰਨੀਆਂ ਪੈਣਗੀਆਂ ਜਿਵੇਂ ਮੈਂ ਦੱਸ ਦੇ ਦੱਸਾਂ ਮੈਂ ਬਹੁਤ ਸਾਰੇ ਕੰਟਰੀ ਵਿਜ਼ਿਟ ਵੀ ਕੀਤੇ ਆ ਮੈਂ ਅਮਰੀਕਾ ਪੜਾਇਆ ਵੀ ਹੈ ਅੱਛਾ ਤੇ ਉਹਨਾਂ ਦਾ ਜਿਹੜਾ ਮਾਡਲ ਹੈ ਉਹ ਬੜਾ ਇਨਕੋਹਰੈਂਸ ਵਿਦ ਦਾ ਇੰਡਸਟਰੀ ਹੈ ਅੱਛਾ ਅਸੀਂ ਬਹੁਤ ਸਮੇਂ ਤੋਂ ਪਿਛਲੇ ਆਲਮੋਸਟ 2 ਦਹਾਕਿਆਂ ਤੋਂ ਸਿਰਫ ਇੰਡਸਟਰੀ ਇੰਸਟੀਚਿਊਸ਼ਨ ਇੰਡਸਟਰੀ ਅਕੈਡਮਿਕ ਇੰਟਰੈਕਸ਼ਨ ਦੀ ਗੱਲ ਕਰਦੇ ਆ ਹਮ ਇੰਟਰੈਕਸ਼ਨ ਦੇ ਵਿੱਚ ਸਾਨੂੰ ਫੇਥ ਕਿਸੇ ਨੂੰ ਹੀ ਨਹੀਂ ਆ ਨਾ ਇੰਡਸਟਰੀ ਨੂੰ ਸਾਡੇ ਬੱਚਿਆਂ ਤੇ ਫੇਥ ਹੈ ਨਾ ਨਾ ਬੱਚਿਆਂ ਨੂੰ ਇੰਡਸਟਰੀ ਤੇ ਫੇਥ ਹੈ ਜੀ ਪਰ ਪਾਰ ਦੇ ਜਿਹੜੇ ਕੰਟਰੀਜ਼ ਆ ਡਿਵੈਲਪਡ ਕੰਟਰੀਜ਼ ਆ ਉੱਥੇ ਕੋਆਪਰੇਟਿਵ ਸਿਸਟਮ ਠੀਕ ਹੈ ਜੀ ਇੰਡਸਟਰੀ ਜਿਹੜੀ ਆ ਔਨ ਸਾਈਟ ਜਾ ਕੇ ਬੱਚੇ ਨੂੰ ਪੜਾਉਂਦੀ ਲਿਖਾਉਂਦੀ ਸਿਖਾਉਂਦੀ ਹੈ ਜੀ ਸੋ ਕੋਆਪਰੇਟਿਵ ਸਿਸਟਮ ਤੇ ਸਾਨੂੰ ਜਾਣਾ ਪਏਗਾ ਠੀਕ ਹੈ ਕੋਆਪਰੇਟਿਵ ਕੈਨੇਡਾ ਦੇ ਵਿੱਚ ਬਹੁਤ ਪਾਪੂਲਰ ਹੈ ਮੈਂ ਤੁਹਾਨੂੰ ਇੱਕ ਨਾਮ ਵੀ ਲਵਾਂਗਾ ਉੱਥੇ ਯੂਨੀਵਰਸਿਟੀ ਆਫ ਵਾਟਰਲੂ ਆ ਵਰਡ ਦੀ ਟੋਪ ਮੋਸਟ ਯੂਨੀਵਰਸਿਟੀ ਹੈ 99% ਬੱਚਿਆਂ ਦੀ ਪਲੇਸਮੈਂਟ ਜੀ ਅੱਛੀ ਗੱਲ ਹੈ ਜੀ ਔਰ ਬਿਲਕੁਲ ਡਾਕਟਰ ਸਾਹਿਬ ਇੱਕ ਦਰਸ਼ਕ ਜਿਹੜੇ ਨੇ ਫੋਨ ਕਾਲ ਰਾਹੀਂ ਆਪਣਾ ਸਵਾਲ ਸਾਂਝਾ ਕਰਨਗੇ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਹੈਲੋ ਹਾਂਜੀ ਮੈਂ ਸ਼ਾਹਵਰ ਤੋਂ ਬੋਲਦਾ ਜੁਡੀਸ਼ਰਾਜ ਗੋਲ ਜੀ ਜੀ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਇਹ ਉਹ ਹੁਨਰ ਦਾ ਟਿੰਡਾਲੇ ਵਿੱਚ ਅਨਪਰਲੋਕਾਂ ਵਾਲੀ ਬਹੁਤ ਤਕੜਾ ਹੈਗਾ ਜੀ ਬਿਲਕੁਲ ਪਰ ਉਹਨਾਂ ਨੂੰ ਮਾਨਤਾ ਨਹੀਂ ਮਿਲਦੀ ਜੀ ਉਹਨਾਂ ਨੂੰ ਆਪਾਂ ਨਾ ਇੱਕ ਤਰ੍ਹਾਂ ਸਰਕਾਰੀ ਤੌਰ ਤੇ ਕੋਈ ਅਸੀਂ ਟ੍ਰੇਨਿੰਗ ਮਾਰੀ ਬੁੱਢੀ ਦੇਤੀ ਜਾਵੇ ਉਹਨਾਂ ਨੂੰ ਲੱਭ ਲੱਭ ਕੇ ਸਾਡੇ ਬਜ਼ੁਰਗਾਂ ਨੂੰ ਕੋਈ ਐਸੇ ਹੁਨਰ ਆ ਮਤਲਬ ਤਕਨੀਕ ਐ ਸੱਚੀ ਵੰਦੀ ਬਾਤ ਦੇਸੀ ਜੜੀਆਂ ਬੁੱੜੀਆਂ ਬਾਰੇ ਜਾਂ ਜਿਹੜੀ ਆਪਣੀ ਹੈ ਨਾ ਟੈਕਨੀਕ ਜਿਹਨੂੰ ਅਸੀਂ ਕਹਿੰਦੇ ਨੇ ਹੈਗੇ ਹੁਨਰ ਮਤਲਬ ਉਹਨਾਂ ਕੋਲ ਐਸੇ ਹੁਨਰ ਸੁਟੇ ਹੋਏ ਆ ਜਿਹੜੇ ਨਾ ਅ ਦੁਨੀਆ ਨੂੰ ਇਕਦਮ ਤਾ ਲਿਆ ਸਕਦੇ ਆ ਉਹਨਾਂ ਕੋਲ ਮਤਲਬ ਚੀਜ਼ ਐ ਐਸੀਆਂ ਹੈ ਜਿਹੜੀਆਂ ਲੁਕੀਆਂ ਹੋਈਆਂ ਆ ਉਹ ਜਿਹੜੇ ਦਰਦੇ ਗੰਮਣ ਸਾਹਮਣੇ ਨਹੀਂ ਆਉਂਦੇ ਨਾਲ ਨੂੰ ਲਿਆਇਆ ਜਾਂਦਾ ਹੈਗਾ ਜੀ ਉਹਨਾਂ ਨੇ ਹੁਨਰ ਨੂੰ ਪਛਾਣ ਜੇ ਤੁਸੀਂ ਟੀਵੀ ਦੇ ਉੱਤੇ ਜਾਂ ਤੁਹਾਡੇ ਅਫਸਰ ਆ ਉਹਨਾਂ ਨੂੰ ਲੱਭ ਲੱਭ ਕੇ ਲਿਓਂ ਪਿੰਡਾਂ ਦੇ ਵਿੱਚ ਉਹਨਾਂ ਕੋਲ ਹੁਨਰ ਹੈਗਾ ਜਾਂ ਆਈ.ਡੀ. ਜਿਹੜੀ ਹੈਗੀਆਂ ਉਹ ਉੱਥੇ ਜੇ ਟੈਂਪਲੋਂ ਪਿੰਡਾਂ ਦੇ ਵਿੱਚ ਉਹਨਾਂ ਹੁਨਰ ਵਾਲੇ ਬੰਦੇ ਆ ਪੁਰਾਣੇ ਬਜ਼ੁਰਗ ਹੈਗੇ ਆ ਉਹਨਾਂ ਨੂੰ ਲੱਭ ਲੱਭ ਕੇ ਉਹਨਾਂ ਕੋਲ ਗੁਰ ਲੈ ਜਾਣ ਜੇ ਕੋਈ ਨਸ਼ਲ ਦੇ ਕੰਮ ਆਉਣ ਮਿਹਰਬਾਨੀ ਜੀ 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 ਜ ਉਹ ਬਿਲਕੁਲ ਗਵਰਨਮੈਂਟ ਦੇ ਸਰਟੀਫਾਈਡ ਹੈ ਔਰ ਉਹਦੇ ਵਿੱਚ ਸਿਰਫ ਤਕਨੀਕੀ ਸਿੱਖਿਆ ਵਾਲੇ ਆ ਪਰ ਇਸ ਤਰ੍ਹਾਂ ਹੀ ਐਗਰੀਕਲਚਰ ਔਰ ਹੋਰ ਸੈਕਟਰ ਦੇ ਵਿੱਚ ਵੀ ਗਵਰਨਮੈਂਟ ਨੇ ਇਹ ਵੱਖਰੇ ਵੱਖਰੇ ਸੈਕਟਰ ਸਕਿੱਲ ਸੈਂਟਰ ਬਣਾਈਆਂ ਹੋਈਆਂ ਆ ਸੈਕਟਰ ਸਕਿੱਲ ਜਿਹੜੀਆਂ ਸਰਟੀਫਾਈ ਕਰਦੀਆਂ ਵੀ ਤੁਹਾਡੇ ਕੋਲ ਕੀ ਕੀ ਸਕਿੱਲ ਹੈਗੀ ਆ ਤੇ ਉਹਨੂੰ ਸਰਟੀਫਾਈ ਕਰ ਦਿੰਨੇ ਆ ਤੁਸੀਂ ਵਰਲਡ ਵਾਈਡ ਜਾ ਕੇ ਜੋਬ ਪਲੇਸਮੈਂਟ ਹੋ ਸਕਦੀ ਆ ਤੁਹਾਡੀ ਮੈਨੂੰ ਐਸੇ ਸਵਾਲ ਤੇ ਆ ਰਿਹਾ ਸੀ ਤੁਹਾਡੇ ਕੋਲ ਕੀ ਹੁਨਰ ਦਾ ਵਿਕਾਸ ਤਾਂ ਜਿਹੜਾ ਹੋ ਜਾਂਦਾ ਪਰ ਕੀ ਟੈਕਨੀਕਲ ਇੰਸਟੀਟਿਊਸ਼ਨ ਜਿਹੜੀਆਂ ਨੇ ਉਹ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਰੁਜ਼ਗਾਰ ਵੀ ਦਿੰਦੀਆਂ ਨੇ ਜਦੋਂ ਆਪਣਾ ਆਪਣੇ ਦੇਸ਼ ਦੀ ਗੱਲ ਕਰਦੇ ਹਾਂ ਹਾਂਜੀ ਮੈਂ ਜੇ ਤੁਹਾਨੂੰ ਐਗਜ਼ਾਮਪਲ ਦੱਸਾਂ ਤੇ ਸਾਡਾ ਇੱਕ ਸੈਂਟਰ ਹੈ ਅਸੀਂ ਟ੍ਰਿਪਲ ਪਾਰਟੀ ਅਸੀਂ ਬਣਾਇਆ ਹੋਇਆ ਖੂਨੀ ਮਾਇਰੇ ਦੇ ਵਿੱਚ ਉਹ ਹੈਗਾ ਪੰਜਾਬ ਗਵਰਨਮੈਂਟ ਆਈਸੀਏਸੀ ਫਾਊਂਡੇਸ਼ਨ ਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਆਈਜੀਪੀ ਸੋ ਉਥੇ ਜਿੰਨੇ ਬੱਚੇ ਨਿਕਲਦੇ ਆ ਉਥੇ ਬੱਚੇ ਦੀ ਜਿਹੜੀ ਐਂਟਰੀ ਹੈ 8th 10th 12th ਹੈ ਅੱਛਾ ਔਰ ਉਹਨਾਂ ਦੇ ਪੰਜ ਕੋਰਸ ਚਲਾਉਨੇ ਆ ਉਹਨਾਂ ਦੀ ਕਪੈਸਿਟੀ 500 ਹੈ ਔਰ ਉਹਨਾਂ ਦੇ 95% প্লেਸਮੈਂਟ ਹਾਂ ਸਿਰਫ 4 ਮਹੀਨੇ ਦਾ ਕੋਰਸ ਕਰਕੇ প্লেਸਮੈਂਟ ਹੈ ਫ੍ਰੀ ਹੈ ਖਾਣਾ ਪੀਣਾ ਰਹਿਣਾ ਸਾਰਾ ਕੁਝ ਫ੍ਰੀ ਹੈ ਉਸ ਸੈਂਟਰ ਦੇ ਵਿੱਚ ਠੀਕ ਹੈ ਔਰ ਕਮਿਊਡੇਸ਼ਨ ਵੀ ਦਿੰਦੇ ਆ ਖਾਣਾ ਉਹਨਾਂ ਦਾ ਟੋਟਲ ਫ੍ਰੀ ਹੈ ਅਗਰ ਉੱਥੇ ਜਾ ਕੇ ਬੱਚੇ ਜੁਆਇਨ ਕਰਨ ਤੇ ਮੈਂ ਸਾਰੇ ਬੱਚਿਆਂ ਨੂੰ ਜਿਹੜੇ ਬੱਚੇ ਚਾਹਵਾਨ ਆ ਉਹ ਜਾਣ ਖੂਨੀ ਮਾਇਰੇ ਉੱਥੇ ਦਾਖਲਾ ਲੈਣ ਸਾਲ ਦੇ ਵਿੱਚ 2000 ਦੀ ਕਪੈਸਿਟੀ ਹੈ ਉਹਨਾਂ ਦੀ 95% ਪਲੇਸਮੈਂਟ ਹੈ ਜੀ ਇਹਦੇ ਨਾਲ ਹੀ ਪੁੱਛਣਾ ਚਾਹਾਂਗੇ ਕਿ ਅਗਰ ਆਪਾਂ ਕੁੜੀਆਂ ਦੀ ਗੱਲ ਕਰੀਏ ਉਹਨਾਂ ਵਾਸਤੇ ਕਿਹੜੇ-ਕਿਹੜੇ ਕੋਰਸਿਸ ਨੇ ਕੁੜੀਆਂ ਵਾਸਤੇ ਜੀ ਹਸਪਿਟੈਲਿਟੀ ਬੜਾ ਅੱਛਾ ਕੋਰਸ ਹੈ ਅੱਜਕੱਲ ਮਾਰਕੀਟ ਦੇ ਵਿੱਚ ਕੰਪਿਊਟਰ ਦੇ ਵਿੱਚ ਤੇ ਬੱਚਾ ਕੋਈ ਡਿਫਰੈਂਸ਼ੀਏਸ਼ਨ ਨਹੀਂ ਹੈ ਕੰਪਿਊਟਰ ਕਿਤੇ ਵੀ ਜਾ ਸਕਦਾ ਬੱਚਾ ਕਿਹੜਾ ਵੀ ਬੱਚਾ ਜੀ ਜਾ ਸਕਦਾ ਹਸਪਿਟੈਲਿਟੀ ਹੈ ਕਿ ਹੋਰ ਵੀ ਬਹੁਤ ਸਾਰੇ ਇਹਦੇ ਵਿੱਚ ਸਕੋਪ ਹੈ ਪਰ ਮੈਂ ਦੋ ਇਹ ਕੋਰਸ ਹੈ ਜਿੰਨਾਂ ਜ਼ਿਆਦਾ ਲੜਕੀਆਂ ਦਾ ਜੀ ਜੀ ਏਅਰਲਾਈਨ ਦਾ ਵੀ ਸਾਡੇ ਕੋਲਸ ਚੱਲਦਾ ਏਅਰਲਾਈਨ ਸੀਟਿੰਗ ਦਾ ਉਹਦੇ ਵਿੱਚ ਵੀ ਲੜਕੀਆਂ ਦਾ ਹੈ ਦੇਖਿਆ ਮੈਂ ਤੁਹਾਨੂੰ ਤਾਂ ਹੀ ਕਹਿ ਰਿਆ ਸੀਗਾ ਸਵੇਰੇ ਵੀ ਕਿ ਜੇ ਜਾਂਚ ਚਲਾਉਣ ਦਾ ਸ਼ੌਕ ਹੈ ਨਾ ਤੇ ਹੁਨਰ ਵਿਕਾਸ ਕਰੋ ਤੇ ਜਾਓ ਇਸ ਲਾਈਨ ਦੇ ਵਿੱਚ ਤੇ ਡਾਕਟਰ ਸਾਹਿਬ ਜਾਂਦੇ ਜਾਂਦੇ ਸਮਾਂ ਘਟਾ ਹੈ ਤੇ ਤੁਹਾਡੇ ਤੋਂ ਇੱਕ ਸੰਦੇਸ਼ ਜ਼ਰੂਰ ਲੈਣਾ ਹੈ ਸੰਦੇਸ਼ ਵੀ ਇੱਕ ਹੈ ਪਰ ਉਸ ਤੋਂ ਪਹਿਲਾਂ ਮੈਂ ਇੱਕ ਦੱਸਣਾ ਚਾਹੁੰਦਾ ਵੀ ਇਸ ਸਾਲ ਗੁਰੂ ਗੁਰੂ ਨਾਨਕ ਸਾਹਿਬ ਦਾ ਸੀ 550ਵਾਂ ਆ ਜਨਮ ਦਿਸ਼ ਦਾ ਆਪਨਾ ਰਹੇ ਆ ਤੇ ਉਹਦੇ ਵਿੱਚ ਸਾਡੀ ਯੂਨੀਵਰਸਿਟੀ ਵੱਲੋਂ ਵੀ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਲੈ ਰਿਆ ਸੀ ਟਾਟਾ ਟੈਕਨੋਲੋਜੀ ਬੜੀ ਫੇਮਸ ਹੈ ਉਹਦੇ ਨਾਲ ਰਲ ਕੇ ਇੱਕ ਸਕਿੱਲ ਸੈਂਟਰ ਸੁਲਤਾਨਪੁਰ ਲੋਧੀ ਚ ਖੋਲ ਰਹੇ ਆ ਜੀ ਬਿਲਕੁਲ ਬਹੁਤ ਵੀ 200 ਕਰੋੜ ਦੀ ਇਨਵੈਸਟਮੈਂਟ ਨਾਲ ਉਹ ਬੱਚੇ ਉਹਦਾ ਫਾਇਦਾ ਉਠਾ ਸਕਦੇ ਆ ਔਰ ਨਾਲੇ ਬਾਬਾ ਜੀ ਦਾ ਆਸ਼ੀਰਵਾਦ ਵੀ ਮਿਲੇਗਾ ਆਸ਼ੀਰਵਾਦ ਜੀ ਹੈ ਮਨੁੱਖਤਾ ਦੇ ਲਈ ਠੀਕ ਹੈ ਜੀ ਸੋ ਜਿੱਥੋਂ ਤੱਕ ਇਸ ਟਾਪਿਕ ਦੇ ਨਾਲ ਸੰਬੰਧਿਤ ਉਹ ਮੈਂ ਚਾਹੂੰਗਾ ਬਈ ਇੰਡਸਟਰੀ ਠੀਕ ਹੈ ਜਿੰਨਾ ਚਿਰ ਅਸੀਂ ਰੋਪਿੰ ਨਹੀਂ ਕਰਦੇ ਸ਼ਾਇਦ ਹੁਨਰ ਦੀ ਉਨੀ ਤਰੱਕੀ ਨਹੀਂ ਕਰ ਪਾਵਾਂਗੇ ਇਸ ਕਰਕੇ ਜਿੰਨੀਆਂ ਵੀ ਸਬੰਧਤ ਪਾਰਟੀਆਂ ਹੈ ਗਵਰਨਮੈਂਟ ਵੀ ਹੈ ਯੂਨੀਵਰਸਿਟੀਜ਼ ਵੀ ਹੈ ਸਾਰੀਆਂ ਉਹ ਜਿੰਨਾ ਇੰਡਸਟਰੀ ਨੂੰ ਮੋਟੀਵੇਟ ਕਰਕੇ ਬੱਚਿਆਂ ਦੀ ਤਾਹੀਂ ਅਸੀਂ ਕੰਮ ਕਰੀ ਸਾਡਾ ਵਿਕਾਸ ਦੇਖਦਾ ਹੋਏਗਾ ਔਰ ਡਾਕਟਰ ਸਾਹਿਬ ਤੁਸੀਂ ਇਸ ਚਰਚਾ ਦੇ ਵਿੱਚ ਸ਼ਾਮਿਲ ਹੋਏ ਆਪਣਾ ਕੀਮਤੀ ਸਮਾਂ ਕੱਢਿਆ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਕਰਦੇ ਹਾਂ ਕਿ ਤੁਸੀਂ ਆ ਜਾਏ ਔਰ ਦਸ਼ਕੋ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੁੜਨ ਦਾ